ਇਸ ਸਿਲਾਈ ਮਸ਼ੀਨ ਨੂੰ ਬਣਾਉਣ ਲਈ ਲੋੜ ਹੈ ਇੱਕ ਰਬੜ ਦੀ ਜੁੱਤੀ ਦੀ ਤੇ ਇਸ ਵਿੱਚ ਤਿੰਨ ਸੁਰਾਖ ਕਰੋ। ਇੱਕ ਲੰਬਾ ਚਾਨੂ ਦਾ ਤੀਲਾ ਲੈ ਕੇ ਸੁਰਾਖ ਵਿੱਚ ਪਾਓ, ਵਿਚਕਾਰ ਵਾਲੇ ਸੁਰਾਖ ਵਿੱਚ ਇੱਕ ਤੀਲਾ ਪਾਓ, ਫਿਰ ਦੋ ਤੀਲੇ ਲੈ ਕੇ ਪਹਿਲੀ ਡੰਡੀ ਦੇ ਹੇਠਾਂ, ਦੂਸਰੀ ਦੇ ਉੱਪਰੋਂ ਤੇ ਫਿਰ ਤੀਸਰੀ ਦੇ ਹੇਠਾਂ ਕੱਢੋ। ਇਸ ਨਾਲ ਸਿੱਖਾਂ ਟਿੱਕੀਆਂ ਰਹਿਣਗੀਆਂ ਤੇ ਹਿੱਲਣਗੀਆਂ ਨਹੀਂ। ਹੁਣ ਦੋਨਾਂ ਸਿੱਖਾਂ ਨੂੰ ਫੜ ਕੇ ਘੁਮਾਓ ਤੇ ਸਿਲਾਈ ਮਸ਼ੀਨ ਦੀ ਆਵਾਜ਼ ਸੁਣੋ। ਇਹ ਬਿਲਕੁਲ ਹੀ ਪੈਰਾਂ ਨਾਲ ਚੱਲਣ ਵਾਲੀ ਮਸ਼ੀਨ ਦਾ ਨਮੂਨਾ ਹੈ, ਇਸ ਨਾਲ ਸਿਲਾਈ ਵੀ ਕਰ ਸਕਦੇ ਹੋ। ਦੋਨੋਂ ਝਾੜੂ ਦੀਆਂ ਸਿੱਖਾਂ ਨੂੰ ਦੁਬਾਰਾ ਫਸਾਓ। ਇੱਕ ਪੱਤਾ ਲੈ ਕੇ ਝਾੜੂ ਦੀ ਤੀਲੀਆਂ ਵਿੱਚ ਫਸਾ ਦਿਓ, ਫਿਰ ਦੋਨਾਂ ਸਿੱਖਾਂ ਨੂੰ ਘੁਮਾਓ। ਜਦੋਂ ਪੱਤਾ ਹਿਲੇਗਾ ਤਾਂ ਤੁਸੀਂ ਵੇਖੋਗੇ ਕਿ ਇਸ ਵਿੱਚ ਕਿੰਨੇ ਹੀ ਸੁਰਾਖ ਹੋ ਜਾਣਗੇ, ਜਿਵੇਂ ਸਿਲਾਈ ਮਸ਼ੀਨ ਨਾਲ ਕੀਤੇ ਹੋਣ। ਹੈ ਨਾ ਮਜ਼ੇਦਾਰ।